ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਨੀਟਿੰਗ ਆਰਟ 'ਤੇ। ਅੱਜ ਮੈਂ ਤੁਹਾਡੇ ਲਈ ਬਹੁਤ ਹੀ ਆਸਾਨੀ ਨਾਲ ਬਣਨ ਵਾਲਾ ਇੱਕ ਡਿਜ਼ਾਇਨ ਲੈ ਕਰ ਆਈ ਹਾਂ, ਔਰ ਹਰ ਇੱਕ ਕੋਟੀ 'ਤੇ ਇਹ ਡਿਜ਼ਾਇਨ ਪੈ ਸਕਦਾ, ਚਾਹੇ ਉਹ ਕਿਸੇ ਵੀ ਰੰਗ ਦੀ ਹੋਵੇ। ਵਧੀਆ ਸੌਖਾ ਜਿਹਾ ਡਿਜ਼ਾਇਨ ਹੈ, ਸਿੰਪਲ ਜਿਹਾ, ਅਤੇ ਇਸ ਨੂੰ ਅਸੀਂ ਚਾਹੇ ਉਹ ਲੇਡੀਜ਼ ਜੈਕਟ ਹੋਵੇ, ਕੋਟੀ ਹੋਵੇ, ਜਾਂ ਫਿਰ ਲੜਕੀਆਂ ਦੀ ਸਕੀਵੀ ਬਣਾਉਣੀ ਹੋਵੇ, ਜਾਂ ਟੋਪ ਬਣਾਉਣਾ ਹੋਵੇ ਬੱਚਿਆਂ ਵਾਸਤੇ, ਕਿਸੇ 'ਤੇ ਵੀ ਬਣਾਈਏ, ਕਿਸੇ ਵੀ ਰੰਗ ਵਿੱਚ। ਹਰ ਰੰਗ ਵਿੱਚ ਸਜਣ ਵਾਲਾ ਡਿਜ਼ਾਇਨ ਹੈ ਔਰ ਬਹੁਤ ਹੀ ਆਸਾਨੀ ਨਾਲ ਬਣ ਜਾਂਦਾ, ਅਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਪਸੰਦ ਆਏਗਾ। ਜੇ ਕਰਕੇ ਪਸੰਦ ਆਵੇ ਤਾਂ ਇਸ ਨੂੰ ਲਾਈਕ ਕਰਨਾ ਜੀ, ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਜੇ ਕਰਕੇ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋ ਤਾਂ। ਇਹ ਪੁੱਠੀ ਸਿਲਾਈ ਹੈ, ਹਰ ਵਾਰੀ ਇਸ ਡਿਜ਼ਾਇਨ ਵਿੱਚ ਪੁੱਠੀ ਸਿਲਾਈ ਸਾਰੀ ਪੁੱਠੀ ਹੋਈ ਬਣਨੀ ਹੈ। ਅਤੇ ਆਓ ਜੀ ਡਿਜ਼ਾਇਨ ਬਣਾਉਣਾ ਸ਼ੁਰੂ ਕਰਦੇ ਹਾਂ। ਪਹਿਲੇ 3 ਕੁੰਡੇ ਅਸੀਂ ਇਸ ਤਰ੍ਹਾਂ ਸਿੱਧੇ ਬੁਣਨੇ ਹਾਂ, ਇਹ ਸਿੱਧੇ ਬੁਣ ਲਏ। ਧਾਗਾ ਅੱਗੇ ਕਰਕੇ ਇੱਕ ਕੁੰਡਾ ਅਸੀਂ ਪੁੱਠਾ ਬੁਣਨਾ, ਔਰ ਧਾਗਾ ਅੱਗੇ ਰੱਖ ਕੇ ਹੀ ਅੱਗੇ 2 ਕੁੰਡਿਆਂ ਦਾ ਇੱਕ ਕਰ ਦੇਣਾ ਇਸ ਤਰ੍ਹਾਂ, ਔਰ ਉੱਪਰ ਦੀ ਜਾਲੀ ਬਣਾਉਂਦੇ ਹੋਏ 3 ਕੁੰਡੇ ਫਿਰ ਅਸੀਂ ਸਿੱਧੇ ਬੁਣਾਂਗੇ। ਇੱਦਾਂ ਧਾਗਾ ਅੱਗੇ ਕਰਕੇ ਇੱਕ ਕੁੰਡਾ ਪੁੱਠਾ, ਫਿਰ 2 ਕੁੰਡਿਆਂ ਦਾ ਇੱਕ, ਔਰ ਜਾਲੀ ਬਣਾਉਂਦੇ ਹੋਏ ਅੱਗੇ 3 ਕੁੰਡੇ ਸਿੱਧੇ ਬਣਾਉਣੇ ਆ ਇਸ ਤਰ੍ਹਾਂ। ਪੁੱਠੀ ਸਿਲਾਈ ਹੈ, ਜਿਵੇਂ ਕਿ ਮੈਂ ਪਹਿਲਾਂ ਦੱਸਿਆ, ਸਾਰੀ ਸਿਲਾਈ ਅਸੀਂ ਪੁੱਠੀ ਹੋਈ ਪਾਉਣੀ ਹੈ, ਆਪਣੇ ਵੱਲ ਧਾਗਾ ਕਰਕੇ ਸਾਰੇ ਕੁੰਡੇ ਅਸੀਂ ਉਲਟੇ ਉਲਟੇ ਇਸ ਤਰ੍ਹਾਂ ਹੀ ਬਣਾ ਲਵਾਂਗੇ। ਡਿਜ਼ਾਇਨ ਦੀ ਅਗਲੀ ਸਿਲਾਈ, ਧਾਗਾ ਅੱਗੇ ਕਰਨਾ, ਇੱਕ ਕੁੰਡਾ ਪੁੱਠਾ, 2 ਕੁੰਡਿਆਂ ਦਾ ਇੱਕ, ਔਰ ਜਾਲੀ ਬਣਾਉਂਦੇ ਹੋਏ 3 ਕੁੰਡੇ ਸਿੱਧੇ, 1, 2, 3। ਧਾਗਾ ਅੱਗੇ ਇੱਕ ਕੁੰਡਾ ਪੁੱਠਾ, 2 ਦਾ ਇੱਕ,
ਜਾਲੀ ਬਣਾਉਂਦੇ ਹੋਏ ਤਿੰਨ ਕੁੰਡੇ ਅੱਗੇ ਸਿੱਧੇ ਬੁਣਨੇ, ਇੱਕ ਦੋ ਵਾਲਾ ਤਿੰਨ। ਸਿਲਾਈ ਸਾਰੀ ਆਪਣੇ ਵੱਲ ਧਾਗਾ ਸਾਰੇ ਪੁੱਠੇ ਪੁੱਠੇ ਕੁੰਡੇ ਬੁਣਦੇ ਹੋਏ ਇਸ ਤਰ੍ਹਾਂ ਅਸੀਂ ਕੰਪਲੀਟ ਕਰਨੀ ਹੈ। ਡਿਜ਼ਾਇਨ ਮੈਂ ਤੁਹਾਨੂੰ ਦਿਖਾਉਂਦੀ ਹਾਂ ਸਿਲਾਈ ਪੂਰੀ ਕਰਕੇ ਬਣਿਆ ਹੋਇਆ ਕਿੱਦਾਂ ਦਾ ਲੱਗਦਾ। ਦੇਖੋ ਜੀ ਕਿੰਨਾ ਸਿੰਪਲ ਜਿਹਾ ਡਿਜ਼ਾਇਨ ਹੈ, ਪੱਗ ਮੈਂ ਬਣਾ ਕੇ ਰੱਖਿਆ ਥੋੜ੍ਹਾ ਜਿਹਾ। ਆ ਦੇਖੋ ਕੈਸਾ ਲੱਗਿਆ ਤੁਹਾਨੂੰ ਡਿਜ਼ਾਇਨ, ਅਤੇ ਜੇ ਕਰਕੇ ਡਿਜ਼ਾਇਨ ਪਸੰਦ ਆਇਆ ਹੋਵੇ ਤਾਂ ਇਸਨੂੰ ਲਾਈਕ ਕਰਨਾ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਹੈ ਜੀ।